ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਮੂ ਚਹਿਲ ਜ਼ੀਰੋ ਰਿਪੋਰਟ ਤੋਂ ਆਓ ਜੀ ਆਪਾਂ ਗੱਲਬਾਤ ਕਰਦੇ ਆ ਜੀ ਅੱਜ ਸਾਡੇ ਨਾਲ ਆਏ ਨੇ ਭੋਲਾ ਜੀ ਵਿਸੀਅਰ ਵਾਲੇ ਜੱਟ ਉਰਫ ਹਾਕਮ ਸਿੰਘ ਜੀ ਹਾਕਮ ਸਿੰਘ ਜੀ ਡੋਂਕੀ ਲੈ ਕੇ ਆਏ ਨੇ ਜੀ ਬਾਰੋਂ ਆਓ ਇਹਨਾਂ ਨਾਲ ਗੱਲਬਾਤ ਕਰਦੇ ਆ ਕਿ ਡੋਂਕੀ ਲਾਉਣੀ ਚਾਹੀਦੀ ਹੈ ਜਾਂ ਨਹੀਂ ਲਾਉਣੀ ਚਾਹੀਦੀ ਹਾਂਜੀ ਭੋਲਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹਾਂਜੀ ਭੋਲਾ ਜੀ ਸਾਨੂੰ ਇਹ ਦੱਸੋ ਵੀ ਸਾਨੂੰ ਡੋਂਕੀ ਲਾਉਣੀ ਚਾਹੀਦੀ ਹੈ ਕਿ ਨਹੀਂ ਲਾਉਣੀ ਚਾਹੀਦੀ ਡੋਂਕੀ ਜੀ ਡੋਂਕੀ ਜੀ ਦਾ ਤਾਂ ਹੁਣ ਪਤਲਾ ਦਿਲ ਹੈ ਜੀ ਉਹਨੂੰ ਨਹੀਂ ਲਾਣੀ ਚਾਹੀਦੀ ਜੀ ਪਤਲਾ ਦਿਲ ਸਾਡੇ ਦਰਸ਼ਕਾਂ ਨੂੰ ਚੰਗੀ ਤਰ੍ਹਾਂ ਸਮਝਾਓ ਪਤਲਾ ਦਿਲ ਕੀ ਮੈਂ ਪਤਲਾ ਦਿਲ ਇੱਕ ਕੱਪੜਾ ਮੋਟਾ ਹੁੰਦਾ ਜੀ ਟੈਰੀ ਕੱਟਦਾ ਉਹਨੂੰ ਖਿੱਚੀ ਜਾਓ ਖਿੱਚੀ ਜਾਓ ਉਹ ਪਟਦਾ ਨਹੀਂ ਜਿਹੜਾ ਮਲ ਮਲਦਾ ਹੁੰਦਾ ਇਹਨੂੰ ਖਿੱਚੋ ਝਾੜ ਦੇਣੇ ਪਟ ਜਾਂਦਾ ਉਹ ਗੱਲ ਜੀ ਦਾ ਦਿਲ ਪਤਲਾ ਹੈ ਉਹ ਇਹੋ ਜਿਹਾ ਕੰਮ ਨਾ ਕਰੇ ਜੀ ਉਹ ਇੱਕ ਨੰਬਰ 'ਚ ਕੰਮ ਕਰੇ ਸਾਰਾ ਅੱਛਾ ਅੱਛਾ ਸਰ ਅੱਛਾ ਸਰ ਸਾਨੂੰ ਇਹ ਦੱਸੋ ਜੀ ਤੁਸੀਂ ਡੋਂਕੀ ਲਾ ਕੇ ਆਓ ਤੁਹਾਡਾ ਕੀ ਐਕਸਪੀਰੀਅੰਸ ਰਿਹਾਗਾ ਆ ਪਤਰਾ ਚੀ ਮੁਰਾਏ ਕੀ ਫਾਇਦਾ ਜੀ ਜਾਣ ਨਾਲ ਕੋਈ ਚੀਜ਼ ਪੈਰੀ ਨਹੀਂ ਹੈਗੀ ਅੱਛਾ 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 ਤਾਂ ਤੁਹਾਡੇ ਨਾਲ ਕੀ ਕੁਝ ਬੀਤਿਆ ਕੁਝ ਸਾਨੂੰ ਬਹੁਤ ਕੁਸ ਬਿੱਤਿਆ ਜੀ ਭੁੱਖੇ ਰਹੇ ਬਾਂਦਰ ਮਗਰ ਪੈ ਜਾ ਕਰਨ ਰਿੱਚ ਮਗਰ ਪੈ ਜਾ ਕਰਨ ਕਾਣੂ ਛੇੜੇ ਛੇੜਦੇ ਹੋ ਜੀ ਆ ਫਿਰ ਤਾਂ ਮਤਲਬ ਤੁਹਾਡਾ ਬਾਲੀ ਮਾੜੀ ਹੋਈ ਹਾਂਜੀ ਹਾਂ ਅੱਛਾ 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 ਕੁਰਤੇ ਕਰਦੇ ਪਾੜ ਗਏ ਹੋਣਗੇ ਫਿਰ ਤਾਂ ਸਮਾਰ ਕੇ ਬਸ ਮਹਾਬੱਚੀ ਕੁਸ ਨਹੀਂ ਕੱਖ ਨਹੀਂ ਬਚਿਆ ਜੀ ਜਾਨੇ ਬੱਚੀ ਆ ਜਾਨੇ ਜਾਨੇ ਬੱਚੀ ਆ ਫਿਰ ਤੁਸੀਂ ਇੱਧਰ ਆਏ ਹੋ ਕਿੰਨਾ ਨੁਕਸਾਨ ਕਰਾਏ ਪਾਣੀ ਪੈਸਿਆਂ 'ਚ ਪਾਣੀ ਪਾਏ ਸਮਾਰ ਕੇ ਮਤਲਬ ਇਹ ਹੈ ਆਏ ਕਿ ਮੈਂ ਕਿੜਾ ਜੀ ਪਿੰਨ ਕਾਪੀ ਚੱਕੀ ਫਿਰਦਾ ਦੀ ਲਿਖਦਾ ਵੀ ਮੇਰਾ ਜਿੰਨਾ ਨੁਕਸਾਨ ਹੋ ਗਿਆ ਉੱਥੇ ਦਾ ਜਾਨ ਦਾ ਖਤਰਾ ਦੀ ਜਾਨ ਦਾ ਜੀ ਅੱਛਾ ਹੁਣ गुजारे ਲਈ ਖੇਤੀਬਾੜੀ ਕਰਦੇ ਹੁਣ ਪਾਉ ਦੇ ਬੀਜ ਰਖੀ ਹੈ ਗਾਂ ਜੀਰੀ ਜੂਰੀ ਲਾਵਾਂਗੇ ਮਤਲਬ ਤੁਹਾਨੂੰ ਅਕਲ ਆ ਗਈ ਕਿ ਇਹ ਇਹਨਾਂ ਨੂੰ ਖੇਤੀਬਾੜੀ ਹੀ ਕਰਨਾ ਚਾਹੀਦਾ ਕਿਸਾਨਾਂ ਨੂੰ ਡੋਂਕੀ ਲਾ ਕੇ ਬਾਹਰ ਨਹੀਂ ਜਾਣਾ ਚਾਹੀਦਾ ਹਾਂਜੀ ਹੁਣ ਤੁਸੀਂ ਇਹ ਦੱਸੋ ਸਾਨੂੰ ਖੇਤੀਬਾੜੇ ਬਾਰੇ ਨੌਲੇਜ ਦਿਓ ਨਾਲੇ ਆਪ ਦੇ ਕਾਰਬਾਰੇ ਦੱਸੋ ਕੌਣ-ਕੌਣ ਤੁਹਾਡੇ ਘਰ ਚ ਪਹਿਲਾਂ ਮੇਰੀ ਗੱਲ ਸੁਣੋ ਜੀ ਹੁ ਡੋਂਕੀ ਲਾਉਣ ਵਾਸਤੇ ਓਡੀ ਦੂਰ ਗਏ ਜਹੀ ਜੀ ਉਰੇ ਪੰਜਾਬ ਦੀ ਮਿੱਟੀ ਆ ਕਿਤੇ ਮਿੱਟੀਏ ਨਹੀਂ ਮਿਲੀ ਲੈ ਪੰਜਾਬ 'ਚ ਤਾਂ ਕਈ ਵਾਰ ਬੰਦਾ ਭੁੱਖਾ ਹੁੰਦਾ ਰੋਟੀ ਨਾ ਮਿਲੇ ਉਹ ਤਾਂ ਕਿ ਜਿਹੜੀ ਮਿੱਟੀ ਐ ਡਲੇ ਇਹੇ ਜੇ ਪਏ ਨਹੀਂ ਨਾ ਬਰਫੀਆਂ ਵਰਗੇ ਬੰਦਾ ਮਿੱਟੀ ਖਾਣੇ ਉਹ ਖਾ ਸਕਦਾ ਬੰਦਾ ਕਈ ਵਾਰੀ ਭੁੱਖਾ ਖਾ ਸਕਦਾ ਉਹਦੇ ਨਾਲ ਵੀ ਪੇਟ ਭਰ ਸਕਦਾ ਇਹ ਜੀ ਮਿੱਟੀ ਆ ਪੰਜਾਬ ਦੀ ਜੀ ਮਤਲਬ ਤੁਸੀਂ ਮਿੱਟੀ ਖਾ ਖਾ ਕੇ ਜਿਹੜੇ ਤੱਤ ਨੇ ਉਹ ਹੁਣ ਤੱਕ ਤੁਹਾਡੇ ਅੰਦਰ ਜਿਹੜੇ ਕੀੜੇ ਨੇ ਉਹੀ ਬਾਹਰ ਆ ਰਹੇ ਨੇ ਜਿਹੜੇ ਇਹ ਵੀਡੀਓ ਬਣਾਉਂਦੇ ਨੇ ਇਹ ਕੀੜੇ ਬਾਹਰ ਆਂਦੇ ਨੇ ਇਹਨਾਂ ਦੇ ਹਾਂਜੀ ਜੇ ਕੀੜੇ ਨੱਚਣਗੇ ਜੀ ਫਿਰ ਤਾਂ ਬੰਦਾ ਪੈਗ ਲਾਊਗਾ ਕੀੜੇਆਂ ਵਾਲੇ ਪਾਸੇ ਨਾ ਜਾਓ ਜੀ ਤੁਸੀਂ ਸ਼ਾਮ ਦਾ ਟਾਈਮ ਐ ਉਹ ਪਾਸੇ ਦਾ ਤੁਸੀਂ ਜਾਣ ਦੀ ਪੋਸਟ ਨਾ ਕਰੋ ਜੀ ਆ ਸ ਤੁਸੀਂ ਕਰ ਦਿਓ ਜੀ ਲੈ ਮੈਂ ਤੁਹਾਨੂੰ ਕਹੇ ਜੀ ਤੁਸੀਂ ਕਰ ਦਿਓ ਹਾਂ ਜੀ ਹਾਂ ਜੀ ਸਰ ਸਾਨੂੰ ਘਰ ਬਾਰੇ ਨੌਲੇਜ ਦੱਸੋ ਜੀ ਤੁਹਾਡੇ ਘਰ ਚ ਕੌਣ ਕੌਣ ਹੈ ਘਰ ਚ ਸਾਰੇ ਨੇ ਜੀ ਸਾਰੇ ਕੌਣ ਜੀ ਸਾਰੇ ਸਾਡੇ ਵੀ ਨੇ ਮਾਂ ਵੀ ਹੈ ਡੈਡੀ ਵੀ ਹੈ ਬੱਚੇ ਵੀ ਨੇ ਘਰ ਵਾਲੀ ਹੈ ਹੋਰ ਕਿਹੜਾ ਮੈਂ ਡਾਊਨਲੋਡ ਕਰਿਆ ਹੋਇਆ ਬੰਦਾ ਮੈਂ ਵੀ ਮੇਰੇ ਮੈਂ ਵੀ ਬੰਦਾ ਆ ਆਮ ਇਨਸਾਨ ਹੈ ਉਹ ਮੈਂ ਮੈਂ ਵੀ ਆਮ ਇਨਸਾਨੀਆ ਜੀ ਮੈਨੂੰ ਇਹ ਦੱਸੋ ਤੁਸੀਂ ਮਤਲਬ ਕਿ ਤੁਹਾਡੇ ਫਿਰ ਛਿੱਤਰਪਰੇਟ ਹੋਈ ਜਾ ਤੁਸੀਂ ਵਾਪਸ ਆਏ ਆਪਣਾ ਛਿੱਤਰਪਰੇਟ ਕੀ ਕੌਣ ਕਰੂਗਾ ਜੀ ਅ ਨਹੀਂ ਮਤਲਬ ਇਹਨੇ ਪੈਸੇ ਪਾਣੀ ਚ ਪਾ ਕੇ ਆ ਗਏ ਖੂਚ ਪਾ ਕੇ ਆ ਗਏ ਚਿੱਤਰਪ੍ਰੇਟ ਤਾਂ ਹੋਈ ਹੋਣੀ ਘਰ ਵਾਲੀ ਤਾਂ ਹੋਈ ਹੋਣੀ ਬਾਪੂ ਤਾਂ ਹੋਈ ਹੋਣੀ ਨਾ ਨਾ ਮੇਰੇ ਬਾਪੂ ਨੂੰ ਤਾਂ ਹਾਂ ਨਾਲੇ ਤਾਂ ਆਪ ਪੈਗ ਮਾਰਿਆ ਨਾਲੇ ਮੈਨੂੰ ਲਵਾਤਾ ਕਹਿੰਦਾ ਵੱਡੇ ਵੱਡੇ ਸ਼ਹਿਰਾਂ ਚ ਸੂਟੀਆਂ ਮੂਟੀਆਂ ਗੱਲਾਂ ਹੁੰਦੀ ਰਹਿੰਦੀਆਂ ਹਾਂ ਮਤਲਬ ਸ਼ਾਹਰੁਖ ਖਾਨ ਨਾਲੇ ਗੱਲਾਂ ਕੀਤੀਆਂ ਅੱਛਾ ਅੱਛਾ ਵਧੀਆ ਕੀਤੀਆਂ ਪੱਥਰ ਦਿਲ ਹੈ ਜੀ ਏਡਾ ਦਿਲ ਹੈ ਜੀ ਮੇਰੇ ਬਾਪ ਦਾ ਕਬਰਾਂ ਦਾ ਤਾਂ ਹੀ ਨਹੀਂ ਮੈਨੂੰ ਫਿਕਸ ਕਿਵੇਂ ਕੀਤਾ ਫਿਰ ਏਡਾ ਦਿਲ ਲੈ ਫਿਕਸ ਕੀ ਪਰਮਾਤਮਾ ਨੇ ਦਾਤਾ ਨੇ ਕਿਸੇ ਨੂੰ ਕੜਛਾ ਭਰ ਕੇ ਕਿਸੇ ਨੂੰ ਖਾਲੀ ਆਪੂ ਆਪਦੇ ਕਰਮ ਨੇ ਮੇਰੇ ਜਿਹੜਾ ਐਡਾ ਗਿਦ ਲਈ ਤੁਹਾਡੇ ਬਾਪੂ ਦਾ ਐਡਾ ਦਿਲ ਮਤਲਬ ਕੀ ਬੜੇ ਹੀ ਬਚਿੱਤਰ ਇਨਸਾਨ ਨੇ ਇਹਨਾਂ ਦੇ ਬਾਪੂ ਜਿਹੜਾ ਐਡਾ ਦਿਲ ਚੱਕੀ ਫਿਰਦੀ ਹੈਗੇ ਤੁਸੀਂ ਕਹੀ ਜੀ ਗੱਲ ਕਰ ਰਹੇ ਹੋ ਕਹਿੰਦੇ ਬਾਪੂ ਦਾ ਦਿਲ ਵੱਡਾ ਕਹਿੰਦੇ ਮੇਰਾ ਛੋਟਾ ਹੈ ਮੇਰੀ ਤਾਂ ਗੱਲ ਸੁਣੋ ਜੀ ਛੋਟੀ ਉਮਰ ਦਾ 22 ਸਾਲ ਹੈ ਮੇਰੇ ਬਾਪੂ ਦੀ ਉਮਰ 75 ਸਾਲ ਹੈ ਜਿਵੇਂ ਜਿਵੇਂ ਬੰਦਾ ਵੱਡਾ ਹੁੰਦਾ ਜਾਂਦਾ ਹੈ ਨਾ ਉਹਦਾ ਸਰੀਰ ਤਾਂ ਕਹਿੰਦੇ ਨੇ ਬਾਡੀ ਵੀ ਵੱਡੀ ਹੁੰਦੀ ਜਾਂਦੀ ਹੈ ਜੀ ਹਾਂਜੀ ਹਾਂਜੀ ਉਹ ਤਾਂ ਸਹਿਮਤਾਂ ਜੀ ਐ ਦੱਸੋ ਜੀ ਤੁਹਾਡੇ ਘਰ ਵਾਲੀ ਨਾਲ ਤੁਹਾਡੀ ਬਣਦੀ ਆ ਫਿਰ ਹਾਂਜੀ ਬਹੁਤ ਵਧੀਆ ਬਣਦੀ ਆ ਜਿਵੇਂ ਕਹਦੀ ਆ ਜੀ ਅੱਛਾ ਆ ਸਰ ਸਰ ਮੈਂ ਸੁਣਿਆ ਤੁਹਾਡੇ ਬੱਚੇ 7 ਨੇ ਅੱਜ ਕੱਲ੍ਹ ਤੇਰੇ ਟਾਈਮ 'ਚ ਤਾਂ ਬੱਚੇ 2 ਹੋਣ ਜਾਂ 1 ਹੋਵੇ ਬਹੁਤ ਹੁੰਦਾ ਤੁਸੀਂ 7 ਕਿਸ ਪਾਸਿਓਂ ਸੋਚ ਕੇ ਕੀ ਕੀਤਾ ਤੁਸੀਂ ਜੀ ਹਾਂਜੀ ਆ ਬੱਸਾਂ ਤੇ ਲਿਖਰ ਕੇ ਦੋ ਤੋਂ ਮਾਫੀ ਪਤਾ ਨਹੀਂ ਆਇਸ ਲੁੱਟ ਜਾ ਹਾਂਜੀ ਹਾਂਜੀ ਅੱਜ ਕੱਲ ਦੇ ਮਹਿੰਗਾਈ ਦੇ ਵਿੱਚ ਸੌਰੀ ਮਹਿੰਗਾਈ ਦੇ ਵਿੱਚ ਦੋ ਬੱਚੇ ਪਾਲਣੇ ਬਹੁਤ ਔਖੇ ਹੋਏ ਨੇ ਤੁਸੀਂ ਕੀ ਸੋਚ ਕੇ ਸੱਤ ਬੱਚੇ ਜਨਮਿਆ ਮੈਨੂੰ ਸਮਝ ਨਹੀਂ ਆ ਰਿਹਾ ਅਸੀਂ ਦੋਏ ਜਣੇ ਜੀ ਆਪਣੀ ਮਰਜ਼ੀ ਕਰਦੇ ਜੀ ਅਸੀਂ ਕਿਸੇ ਦੇ ਮਾਗਰ ਨਹੀਂ ਲੱਗਦੇ ਜੀ ਨਹੀਂ ਕੁਝ ਤਾਂ ਸੋਚਿਆ ਹੋਣਾ ਹੈਣਾ ਇੰਨੀ ਮਹਿੰਗਾਈ ਦੇ ਵਿੱਚ ਤੁਹਾਡੇ ਤਾਂ ਜ਼ਮੀਨ ਵੀ ਘਟਾ ਮੈਂ ਇਹ ਸੁਣਿਆਗਾ ਵੀ ਤੁਸੀਂ ਫਿਰ ਬੱਚਿਆਂ ਦੀ ਪਰਵਿਸ਼ ਕਿਵੇਂ ਕਰੋਗੇ ਪਤਾ ਕੀ ਹੈ ਨਾ ਜਿਹੜੀ ਅੱਜ ਦੀ ਨੌਜਵਾਨ ਪੀੜੀ ਹੈ ਜੀ ਉਹ ਪੰਜਾਬ ਛੱਡ ਕੇ ਬਾਹਰ ਨੂੰ ਜਾ ਰਹੀ ਹੈ ਤੇ ਭਈਏ ਉਰੇ ਆ ਰਹੇ ਨੇ ਹਾਂ ਜੀ ਹਾਂ ਜੀ ਹੁਣ ਆਪਣੇ ਲੇਵੇ 7 ਬੱਚੇ ਹੋਰ ਨੇ ਜੀ 7 ਬੱਚੇ ਹਾਂ ਜੀ 7 ਬੱਚੇ ਜੀ 7 ਬੱਚੇ ਤਾਂ ਹੈਗੇ ਨੇ ਜੀ 7 ਬੱਚੇ ਦਿਮਾਗ 'ਚ ਨੇ ਜੀ ਓ ਮਾਈ ਗੋਡ ਤੁਸੀਂ ਇੰਨੇ ਬੱਚੇ ਪੈਦਾ ਕਰਕੇ ਕੀ ਕਰਨਾ ਹੈ ਜੀ ਆਪਾਂ ਨੇ ਪੰਜਾਬ ਚਾਣਾ ਜੀ ਪੰਜਾਬ ਤਾਂ ਨੌਜਵਾਨਾਂ ਦੀ ਗਿਣਤੀ ਘਟਦੀ ਜਾ ਰਹੀ ਹੈ ਠੀਕ ਹੈ ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ ਜੀ ਗੱਲ ਲੱਖ ਰੁਪਏ ਦੀ ਐ ਸਹਿਮਤ ਨਹੀਂ ਜੀ ਲੱਖ ਰੁਪਏ ਦੀ ਗੱਲ ਹੈ ਇਹ ਜੀ ਹਾਂਜੀ 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 ਤਾਂ ਦਰਸ਼ਕੋ ਤੁਸੀਂ ਸੁਣਿਆ ਇਹ ਪੰਜਾਬ ਬਚਾਉਣਾ ਚਾਹੁੰਦੇ ਨੇ ਯਾਨੀ ਕੀ ਪਈਏ ਇੱਥੋਂ ਜਾਣ ਤੇ ਇਹ ਬੱਚੇ ਜੰਮ ਜੰਮ ਕੇ ਇੱਥੇ ਪੈਦਾ ਕਰਨ ਯਾਨੀ ਕਿ ਪੰਜਾਬੀ ਪੰਜਾਬੀ ਲੋਕ ਇੱਥੇ ਹੋਣ ਆ ਹਾਂਜੀ ਬੋਲੋ ਇਹ ਸਾਡੇ ਦਰਸ਼ਕਾਂ ਤੁਸੀਂ ਇਹ ਦੱਸੋ ਕੀ ਮੈਸੇਜ ਦੇਣਾ ਚਾਹੋਗੇ ਸਾਡੇ ਦਰਸ਼ਕਾਂ ਨੂੰ ਆਪਣਾ ਮੈਸੇਜ ਇਹ ਹੀ ਆ ਜੀ ਹਰੇਕ ਦੇ ਪੰਜ ਸੱਤ ਬੱਚੇ ਹੋਣੇ ਜ਼ਰੂਰੀ ਨੇ ਜੇ ਇਹਦੇ ਨਾਲ ਜੱਗ 'ਚ ਸੀਰ ਜਾ ਪੈ ਜਾਂਦਾ ਜੀ ਆ ਸੀਰ ਪੈ ਜਾਂਦਾ ਮਤਲਬ ਸਿਰਜ ਪੈ ਜਾਂਦਾ ਹੁਣ ਸਾਨੂੰ ਮਤਵ ਨਹੀਂ ਤੁਸੀਂ ਤਾਂ ਜਾਦੇ ਪੜੇ ਹੋ ਐ ਗਰੇਜੀ ਪੜੇ ਹੋ ਜੀ ਲੈ ਇੱਕ ਹਿੱਸਾ ਹਾਂਜੀ ਹਿੱਸਾ ਪਾਰਟਨਰ ਬਣ ਜਾਂਦੇ ਨੇ ਜੀ ਪਾਰਟਨਰ ਪਾਰਟਨਰਸ਼ਿਪ ਪਾਰਟਨਰਸ਼ਿਪ ਹੋ ਜਾਂਦੀ ਹੈ ਜੀ ਪਰ ਤੁਸੀਂ ਦਰਸ਼ਕੋ ਇਹਨਾਂ ਦੇ ਗੱਲਾਂ ਵੱਲ ਧਿਆਨ ਨਹੀਂ ਦੇਣਾ ਜਿਵੇਂ ਮੇਰੀ ਗੱਲ ਸੁਣੋ ਜੀ ਪਹਿਲਾਂ ਜਿਵੇਂ ਆਪਣੇ ਬਜ਼ੁਰਗ ਕਹਿੰਦੇ ਤੇ ਜੇ ਇੱਕ ਬੱਚਾ ਕਹਿੰਦਾ ਇੱਕ ਬੱਚੇ ਦੀ ਮਾਂ ਤਾਂ ਨਹੀਂ ਹੁੰਦੀ ਐ ਜੇ ਦੋ ਬੱਚੇ ਨੇ ਦੋ ਬੱਚਿਆਂ ਦੀ ਮਾਂ ਤਾਂ ਕਾਣੀ ਹੁੰਦੀ ਐ ਘੱਟ ਤੋਂ ਘੱਟ ਇੱਕ ਦਰਜਣ ਬੱਚੇ ਹੁੰਦੇ ਦੇ ਪੁਰਾਣੇ ਸਮੇਂ ਦੇ ਵਿੱਚ ਅੱਛਾ ਅੱਛਾ ਜੀ ਹੁਣ ਇੱਕ ਬੱਚਾ ਹਰੇ ਕਰਿਓ ਬਾਰ ਬਗ ਜਾਂਦਾ ਵੀਰੇ ਭਈਏ ਆ ਰਹੇ ਨੇ ਦੱਸ ਸੀ ਸਹਿਮਤਾ ਪਰ ਦਰਸ਼ਕੋ ਇਹਨਾਂ ਦੀ ਗੱਲ ਵੱਲ ਧਿਆਨ ਨਹੀਂ ਦੇਣਾ ਦੋ ਬੱਚੇ ਇਨਫ ਹੁੰਦੇ ਆ ਜੀ ਮਹਿੰਗਾਈ ਬਹੁਤ ਹੈਗੀ ਪਰ ਹਾਂ ਅਸੀਂ ਪੰਜਾਬ ਬਚਾਉਣਾ ਪਈਆਂ ਤੋਂ ਉਹ ਗੱਲ ਇਹਨਾਂ ਦੀ ਬਿਲਕੁਲ 100% ਰਾਈਟ ਹੈ ਕਿਉਂ ਸਰ ਹਾਂਜੀ ਵੈਰੀ ਗੁੱਡ ਹਾਂਜੀ ਖੇਤੀਬਾੜੀ ਬਾਰੇ ਸਾਨੂੰ ਦੱਸੋ ਤੁਹਾਡੇ ਖੇਤ ਚ ਸਬਜ਼ੀਆਂ-ਸਬਜ਼ੀਆਂ ਹੁੰਦੀਆਂ ਨੇ ਫਿਰ ਹਾਂਜੀ ਹੁੰਦੀਆਂ ਨੇ ਜੀ ਮੈਂ ਜੀ ਜਦੋਂ ਮੈਂ ਤੁਹਾਡਾ ਓਕੀ ਲਾ ਕੇ ਵਾਪਸ ਮੁੜ ਕੇ ਆ ਮੈਂ ਇੱਕ ਕਨਾਲ ਸਬਜ਼ੀ ਦੀ ਲਾਤੀ ਜੀ ਸਾਰੇ ਕੱਦੂ ਬੀਜਤੇ ਜੀ ਫੇਰ ਉੱਤੇ ਫੁੱਲੇ ਫੁੱਲ ਲੱਗੇ ਜੀ ਐਨੇ ਕੱਦੂ ਉੱtre ਕਾ ਨੂੰ ਛੇੜੇ ਛੇੜਦੇ ਹਾਂ ਜੀ ਫੇਰ ਉੱਥੇ ਇੱਕ ਮੇਰਾ ਗਮਾਂਡੀ ਆ ਜੀ ਕਾਹਨੂੰ ਛੇੜੇ ਛੇੜਦੇ ਜੀ ਉਹ ਹਿਲ ਗਿਆ ਹਿਲ ਗਿਆ ਮਤਲਬ ਹਿਲ ਗਿਆ ਮਤਲਬ ਸਵੇਰੇ ਸਵੇਰੇ ਸਾਜਰੇ ਉੱਠਣਸਾਰ ਖੇਤ ਜਾਇਆ ਕਰੇ ਹਾਂ ਫੇਰ ਮੇਰਾ ਸਰੀਰ 9 ਵਜੇ ਆਖੇ ਲੱਗਦਾ ਇਦੂ ਪਹਿਲਾਂ ਉਹ ਕਦੂ ਦਾ ਝੋਲਾ ਭਰ ਲਿਆ ਕਰੇ ਮੈਂ ਤਾਂ ਬਸ ਸਾਈ ਡੰਡੇ ਨਾਲੇ ਫਰੋਲਦਾ ਰਹਿ ਜਾ ਕਰਾਂ ਹਾਂ ਅੱਛਾ ਅੱਛਾ ਜੀ ਫੇਰ ਮੇਰਾ ਦਿਲ ਟੁੱਟ ਗਿਆ ਜੀ ਫੇਰ ਮੇਰਾ ਦਿਲ ਟੁੱਟ ਗਿਆ ਬਸ ਇਦੂ ਬਾਅਦ ਮੈਂ ਸਬਜ਼ੀ ਲਾਣ ਦੀ ਖੇਤ ਦੇ ਵਿੱਚ ਕੋਸ਼ਟ ਨਹੀਂ ਕਰੀ ਜੀ ਆ ਮਤਲਬ ਪਤਾ ਕੀ ਹੈ ਜਦੋਂ ਤੁਸੀਂ ਸਬਜ਼ੀ ਲਗਾਓ ਤਾਂ ਖੇਤ ਵਿੱਚ ਆਣਾ ਜ਼ਰੂਰੀ ਹੈ ਜਾਂ ਕਿਸੇ ਨੂੰ ਬਿਠਾਓ ਠੀ ਹੁਣ ਮੇਰਾ ਜੀ 50 ਰੁਪਏ ਦਾ ਤੇਲ ਲੱਗਦਾ ਹੈ ਸ਼ਹਿਰ ਜਾਣਾ ਹੈ ਆਥਣੇ ਸਬਜ਼ੀ ਜਮੀ ਸਸਤੀ ਹੋ ਜਾਂਦੀ ਹੈ ਨਹੀਂ ਉਹ ਥੱਲੀ ਡੇਗਦੇ ਨੇ ਪਰ ਤੁਹਾਨੂੰ ਨਹੀਂ ਲੱਗਦਾ ਹੈਗਾ ਵੀ ਤੁਸੀਂ ਆਪਣੇ ਖੇਤ ਚ ਸਬਜ਼ੀ ਲਗਾਓ ਤਾਂ ਜ਼ਿਆਦਾ ਬੈਟਰ ਹੈ ਫਿਰ ਹੈਗਾ ਤਾਂ ਸਾਰੇ ਲਾਣ ਜੀ ਆਲੇ ਦਾਲੇ ਆਲੇ ਗਮਾਂਡੀ ਸਾਰੇ ਕਿਸਾਨ ਲਾਣ ਫੇਰ ਹੈ ਜੇ ਹੁਣ ਇੱਕ ਗਮਾਂਡੀ ਨੇ ਲਾ ਲਈ ਸਾਰੇ ਉਸ ਵੇਲਦੇ ਆਲੇ ਦਾਲੇ ਹੋ ਗਏ ਫਿਰ ਉਤੇ ਕਿਹੜਾ ਫੁੱਲ ਲੱਗੇ ਹਾਂਜੀ ਹਾਂਜੀ ਬਿਲਕੁਲ ਤੁਹਾਨੂੰ ਨੁਕਸਾਨ ਪੈ ਗਿਆ ਦਾ ਮਤਲਬ ਤੁਸੀਂ ਖੇਤੀ ਰੇੜੀ ਲਾ ਲੈਣੀ ਸੀ ਅੱਥੀ ਵਿੱਚ ਵਿੱਚ ਕੇ ਕੰਮ ਗੁਜ਼ਾਰਾ ਕਰ ਲੈਣਾ ਸੀ ਖੇਤ ਚ ਕੌਣ ਆਉਂਦਾ ਜੀ ਕੱਦੂ ਲੈਣਾ ਜਿਹੜਾ ਚੋਰੀ ਕਰਨਾ ਦਿੰਦਾ ਦਾ ਜੀ ਫਿਰ ਚੋਰੀ ਕਰਨੀਆਂ ਨੇ ਪੈਸੇ ਕਾਤੋਂ ਲਾਣਗੇ ਜਦੋਂ ਕਮਾਈ ਸਰਦਾ ਆਪਣਾ ਜਦੋਂ ਤੁਸੀਂ ਬਿਜ਼ਨਸ ਕਰਨਾ ਸੀ ਇੱਥੇ ਕਰ ਲੈਂਦੇ ਤੁਹਾਨੂੰ ਉਹਨਾਂ ਨੂੰ ਚੋਰੀ ਕਰਨ ਦੀ ਲੋੜ ਹੀ ਨਾ ਪੈਂਦੀ ਕਮਾਲ ਹੈ ਜੀ ਦਰਸ਼ਕੋ ਆਪਾਂ 쇼 ਇੱਥੇ ਆਫ ਕਰਦੇ ਆਂ ਜੀ ਮਿਲਦੇ ਆਂ ਜੀ ਅਗਲੇ ਇੰਟਰਵਿਊ ਤੇ ਸਰ ਜੀ ਨਾਲ ਮਿਲਾਂਗੇ ਦੁਬਾਰਾ ਸੱਸ਼ੀ ਕਾਲ ਜੀ ਮੈਂ ਹਮੂ ਚਹਿਲ ਜ਼ੀਰੋ ਰਿਪੋਰਟ ਤੋਂ ਧੰਨਵਾਦ ਜੀ ਧੰਨਵਾਦ